أعوذ بالله من الشيطان الرجيم. بسم الله الرحمن الرحيم. مل کے صلوات پڑھو محمد دی ذات. الحمد لله رب العالمين، الصلاة والسلام على أشرف الأنبياء والمرسلين، بانی شریعت ذات باواز بلند صلوات. الذي قيل فيه شانه وما أرسلناك إلا رحمة للعالمين. صلوات. قال رسول الله صلى الله عليه وآله وسلم: آل حسين مني وأنا من الحسين، نارا حيدر. آج دی مجلس تے ابتدا اپنی زبانی نہیں، کسے دنیا دار بندے دی زبانی نہیں، آج دی مجلس تے ابتدا حدیث رسول سکلائن: الحسین منی وانا من الحسین. اس علاقے والے آؤ، جتنے میرے جوان بیٹھے ہو، میں مسافر دی دعا ہوئے نے اکبر دی جتی دا صدقہ جوانیاں مان. اللہ بانیاں نے مجلس، حاضرین نے مجلس، معاونین نے مجلس، جتنے میرے سنی شیعہ بھائی دربار بطول چاہے ہو، بہت بڑی دعا پہ منگدا حسین دی مات ون کسے دا محتاج نک. میں سمیت شان توحید، شان رسالت، شان امامت، اے ترتیب مجلس. شان توحید، شان رسالت، شان امامت. خالق تیرے دربار گیا، دربار دوارا کوئی نہیں. ذرا جا کے بات، شان توحید بیان ہو رہی ہے، شان توحید. خالق تیرے دربار گیا، دربار دوارا کوئی نہیں، کوئی حد نہیں تیرے
फजल करम दी रहमत द किनारा कोई शान तौहीद बयान हो रही है, शान तौहीद कोई हद नहीं तेरे फजल करम दी रहमत द किनारा। भाई तवज्जो फरमाए सो, अर प्या करे ना सुने आए हसनैन दे नाने तू तैन होर प्यारा मालिक सलामत रखे। अल पैकरे ना सुने आए हसनैन दे नाने तू सुबहान तैन होर प्यारा कोई नहीं कर तरस हबीब अपने दा सदका तेरे बाज सहारा। हुण शाने रिसालत तरतीब वे खुशिया दी, शाने तौहीद शाने रिसालत। सलवात पढ़ो अल्लाहुम्मा सल्ली अला ते शान सुनो सोने आला मदनी दी मेराज ते राज खुदा बख्शे हद हो गई खुशबख्ती। मेराज ते राज खुदा बख्शे हद हो गई खुशबख्ती। अर्द प्या करे ना चीज नजर क्या कर सकदे तारीफ नबी अरबी दी तारीफ करे ता आप खुदा या पाक जुबान अली। तारीफ करे ता आप खुदा या पाक जुबान अली। हुण शाने इमामत, बड़ा मजा आ रहा है पढ़न दा तुहाडे सुणन। जितने मौला दे मद्दा बैठे हो शऊर बेटा, जिंदगी च बद दयानती बादशाह दे जिक्र च नहीं कीती। जिहड़ा बंदा इमाम हुसैन नूं दा मरेंदा है ना, छत्तियां जिलियां चों दा प्यो कोई। तुहाडे बच्चे जीवन तुसां आप जीओ, दीन अली ईमान अली नातक कुरान अली ये आला अफजल अशरफ कामिल
ਅਕਮਲ ਇਨਸਾਨ ਆਲਾ ਅਫਜ਼ਲ ਅਸ਼ਰਫ ਕਾਮਿਲ ਅਕਮਲ ਇਨਸਾਨ ਅਲੀ ਬਾਗ ਵਾਲਿਆਂ ਚਿਹਰੇ ਖਿੜ ਸਨ ਤਾਂ ਮੈਨੂੰ ਪਤਾ ਲੱਗ ਸੀ ਬਾਗ ਵਿੱਚ ਪੇ ਪੜਨਾ ਚਿਹਰੇ ਖਿੜ ਸਨ ਤਾਂ ਪਤਾ ਲੱਗ ਸੀ ਫਿਰ ਸੁਣੋ ਬਾਈ ਆਲਾ ਅਫਜ਼ਲ ਅਸ਼ਰਫ ਕਾਮਿਲ ਅਕਮਲ ਇਨਸਾਨ ਹੁਣ ਮੈਂ ਤੁਹਾਡੀ ਇੰਤਜ਼ਾਰ ਪਿਆ ਕਰਦਾ ਸਤਰ ਮੈਂ ਤਾਂ ਪੜ ਪੁੱਛੋ ਜਾਫਰ ਤਿਆਰ ਬਾਰ ਬਾਰ ਪਿਆ ਦੇ ਆਲਾ ਅਫਜ਼ਲ ਅਸ਼ਰਫ ਕਾਮਿਲ ਅਕਮਲ ਇਨਸਾਨ ਇਹ ਅਲੀ ਦੀ ਕਿਹੜੀ ਕੁਆਲਿਟੀ ਹੈ ਕੋਈ ਦੱਸ ਤਾਂ ਸਹੀ ਤੁਹਾਡੇ ਬੱਚੇ ਜੀਵਾਨ ਆਦਾ ਪਿਆ ਜਾਂਦੇ ਨਾਮ ਤੂੰ ਡਰ ਦਿਨ ਦਿਲ ਰੁਸਤ ਮਾ ਦੇ ਕੌਣ ਅਲੀ ਆਦਾ ਪਿਆ ਜਾਂਦੇ ਤੂੰ ਡਰ ਦਿਨ ਦਿਲ ਰੁਸਤ ਮਾ ਦੇ ਓ ਸ਼ਾਹ ਮਰਦਾਨ ਅਲੀਏ ਖੁਦ ਸਰਵਰ ਖੰਦਕ ਵਿੱਚ ਫਰਮਾਇਆ ਕੁੱਲੇ ਈਮਾਨ ਅਲੀ ਹਾਂ ਬਾਈ ਸਾਰੇ ਬੋਲੋ ਲੁਤਫ ਆਏ ਤੌਹੀਦ ਰਿਸਾਲਤ ਇਮਾਮਤ ਦਾ ਮਜ਼ਾ ਆਇਆ ਹੈ ਕਿੱਡੇ ਸੋਹਣੇ ਰੰਗ 'ਚ ਮੈਂ ਵੰਡ ਕੀਤੀ ਹੈ ਕਿੱਡੇ ਸੋਹਣੇ ਰੰਗ ਸਲਵਾਤ ਬਾ ਜਮਾਤ ਮੌਲਾ ਅਮੀਰ ਦੀ ਅਜ਼ਮਤ ਦਾ ਕਸੀਦਾ ਪੜ੍ਹਨਾ ਕੋਈ ਤਸ਼ਰੀਹ ਨਹੀਂ ਸੂਰਜ ਮੇਰਾ ਪਿਤਰੇਰ ਨਹੀਂ ਬਸ ਸੂਰਜ ਅਕਸੀ ਚਾਚੇ ਦਾ ਪੁੱਤਰ ਪੜ੍ਹਦਾ ਤਾਂ ਮੈਂ ਦੋ ਘੰਟੇ ਲੇਟ ਹੋਵਾਂ ਨਹੀਂ ਉਸ ਆਪਣੇ ਟਾਈਮ 'ਤੇ ਲਾਉਣਾ ਹੈ ਲੇਕਿਨ ਯਾਦ ਰੱਖੋ ਬਾਗ ਵਾਲਿਆਂ ਐਸੇ ਮਲੰਗ ਵੀ ਅਲੀ ਦੇ ਗੁਜ਼ਰੇ ਕਿਸੇ ਮਲੰਗ ਦਾ ਦਿਲ ਕੀਤਾ ਹੈ ਉਸ ਉਭਰਨ ਨਹੀਂ ਦਿੱਤਾ ਕਿਸੇ ਮਲੰਗ ਦਾ ਦਿਲ ਕੀਤਾ ਹੈ ਉਸ ਲਾਹਣ ਨਹੀਂ ਆ ਠੀਕ ਹੈ ਸਲਵਾਤ ਬਾ ਜਮਾਤ ਕਸੀਦੇ ਦਾ ਬਾਈ ਟਾਈਮ ਨਹੀਂ ਕਸੀਦੇ ਦਾ ਟਾਈਮ ਨਹੀਂ ਮਸਾਹਿਬ ਪੜ੍ਹਦਾ ਓਮ ਸੁਬੋ ਸ਼ਾਮ ਵਿਰਦ ਅਲੀ ਫਜ਼ਾਇਲ ਫਜ਼ਾਇਲ ਖਤਮ ਸੁਬੋ ਸ਼ਾਮ ਫਿਰਦ ਅਲੀ ਦੇ ਵੀਰ ਦੀ ਘਰ ਵਿੱਚ ਫੂੜੀ ਜਾ ਵਿਛਾ ਲਹਰਾ ਦੀ ਦੁਆ ਮਿਲ ਨੌਕਰਾਂ ਨੌਕਰਾਂ ਤੁਹਾਡਾ ਜਵਾਨੀ ਨਸੀਬੋ ਨੇ ਲਹਰਾ ਦੀ ਦੁਆ ਮਿਲ ਵੈਸੀਆ ਜ਼ੈਨਬ
ਝੋਲੀਆਂ ਫੈਲਾਓ। ਤੁਹਾਡੇ ਵਾਸਤੇ ਵੱਡੀ ਦੁਆ ਮੰਗਣ ਲੱਗਾ, ਮੋਮਨੀਨ ਮੋਮਨਾਤ ਵਾਸਤੇ ਮੇਰਾ ਮਿਹਰਬਾਨ ਅੱਲਾ ਰਹਿਮਾਨ ਰਹੀਮ ਕਰੀਮ ਅੱਲਾ, ਤੇਰੇ ਖਜ਼ਾਨੇ 'ਚ ਕਮੀ ਕੋਈ ਨਹੀਂ, ਤੇ ਜਿਹੜੇ ਲੋਕ 1400 ਸਾਲ ਦੇ ਬਾਅਦ ਧੀਆਂ ਨੂੰ ਨਾਲ ਰਲਾ ਕੇ ਪੁੱਛਦੇ ਵਧੇ ਆਉਂਦੇ ਜੋ ਹੁਸੈਨ ਦੀ ਮਜਲਸ ਕਿੱਥੇ, ਇਹਨਾਂ ਲੋਕਾਂ ਨੂੰ ਇਤਨਾ ਰਿਜ਼ਕ ਦੇ, ਹੱਕਲੇ ਨਹੀਂ ਧੀਆਂ ਨੂੰ ਨਾਲ ਰਲਾ ਕੇ ਉਸ ਬਾਜ਼ਾਰ ਚੋਂ ਗੁਜ਼ਰਾਂ ਨੂੰ ਜਿੱਥੇ ਜ਼ੈਨਬ ਬਹਿ ਕੇ ਟੁਰੀ, ਮਲਕਾ ਸ਼ਾਮ ਸਲਾਮਤ ਰੱਖਣੇ ਘਰਾਂ ਦੀਆਂ ਧੀਆਂ, ਜਦਈ ਮਜਲਾ ਸੱਚਾਈਆਂ ਕਰੋ ਸੋਨੇ ਦੇ ਜ਼ੇਵਰ ਨ ਪਵਾ, ਜੈਨੂੰ ਰੋਵਣ ਆਈਆਂ ਦੇ ਲੋਹੇ ਦੇ ਜ਼ੇਵਰ, ਮੁਸਲਮਾਨ ਤੁਹਾਡੀਆਂ ਨਸਲਾਂ ਆਬਾਦ ਹੋਵੇ। ਨੌਕਰਾਂ ਮੇਰੇ ਦੋਸਤਾਂ ਨੂੰ ਫਿਆਜ਼ ਕਰਬਲਾਈ, ਆਪ ਪਿਓ ਭੈਣਾਂ ਮੇਰਾ ਪੂਰਾ ਖਾਨਦਾਨ ਵਹਾਬੀ, ਪੂਰੇ ਖਾਨਦਾਨ ਚੋਂ ਇੱਕੋ ਬੰਦਾ ਆਈ ਜਿਹੜਾ ਵੀਰ ਦਾ ਮਾਤਮੀ, ਮੈਨੂੰ ਆਦਾ ਜਾਫਰ ਤਿਆਰ, ਮੈਂ ਕਚਹਿਰੀਆਂ ਚੋਂ ਲੱਗਦਾ ਪਿਆ ਇਸ ਪੁਲਿਸ ਦੇ ਬੰਦੇ, ਇੱਕ ਔਰਤ ਨੂੰ ਅਦਾਲਤ ਵਿੱਚ ਲੈ ਕੇ ਜਾ ਆਦਾ, ਮੈਂ ਨਵਾਸ਼ੀ ਹੋਇਆ, ਮੈਂ ਪੁੱਛਿਆ ਕਿਉਂ ਲਈ ਵਹਿੰਦੇ ਹੋ ਸਿਪਾਹੀ ਆਦਨ ਮੁਜਰਮ, ਕਰਬਲਾ ਯਾਦ ਹੈ ਜੇ ਮੁਜਰਮ ਇਹਨੂੰ ਹੱਥ ਕੜੀਆਂ ਕਿਉਂ ਨਹੀਂ ਲੈ ਪਵਾ, ਸਿਪਾਹੀ ਆਦਨ ਗੌਰ ਮਿੰਟ ਦੀ ਮੰਨਾ ਹੈ ਤੋੜੇ ਜਿਹੜੀ ਮੁਜਰਮ ਹੋਵੇ ਔਰਤਾਂ ਨੂੰ ਕੜੀਆਂ ਨਹੀਂ ਪਵੀ, ਅਲੀ ਦੀਆਂ ਧੀਆਂ ਦਾ ਜੁਰਮ ਦੱਸੋ, ਜ਼ਿੰਦਗੀ ਦਰਾ ਜਿਤਨੇ ਮੇਰੇ ਜਵਾਨ ਬੱਚੇ ਬੈਠੇ ਹੋ, ਤੁਹਾਡੀ ਮਿੰਨਤ ਕਰੇ ਜੀ ਅਲੀ ਉਨ ਵਲੀ ਉਲਾ ਪੜਦਾ ਭੁੱਲ ਕੇ ਸ਼ਰਾਬ ਨਾ ਪੀਵੇ, ਇਸ ਸ਼ਰਾਬ ਦੀ ਵਜ੍ਹਾ ਤੂੰ ਨੌ ਘੰਟੇ ਨਸੀਬ ਹੋਣੇ।
हजरे असवद जेड़े हज पढ़ आयो जेड़े नहीं गए तुहानू हुसैन दी माँ बुलावे काबे दी दीवार नाल एक पत्थर है जिसका नाम है हजरे असवद। लख रुपए बंदे भर के वेंदे ते वारी नहीं आउंदी चुम्मण। पुछया क्यों, लोगां दस्या है जो इस पत्थर नूं मुहम्मद मुस्तफा एक वारी चुमया है ते काबे दी दीवार नाल लग गया, हर मजहब दा बंदा चुम चुम चुम। ओ बाग वालेओ, ओ मैं मुहम्मद दी इज्जत दी कसम, जिस पत्थर नूं एक वारी रसूल चुमया है बंदे चुमदे चुमदे थकदे नहीं। जिस पुत्र नूं सारी जिंदगी चुमया मार मार। जितने मुकानी हो इंतजार न करा, मार मार के थक पैन लुटी। छे कातल मेरे इमाम नु मारन गए, हालत वे दिन वल्लां दे पिछले सादा दे क्यों नहीं मरें दे। कोई कातला दे ललानत करी, तू आदा बागी नू मार जड़ मैं मारन वैना कदी मुहम्मद जुल्फा पिया चुम। तुहाडी जवानी नसीब हो, को याद है जड़ मैं मारन वैन कदी बतूल मुंह पै चुम। को याद है जड़ मैं मारन वैना कदी अली प्यार प्या करें। ए बागी तो नहीं बतूल दा घर बर्बाद पिया करें। जे नीत के आयो तो कजान हो सी, कातल दे हाथ ते हाथ रखिया, कातल नू प्या दे अजा नमार रजा चिट्टा डीए। मेरी भेन दरवाजे ते खड़ी है डी ठलन दे जिवे दिला खी मैं कुमारे। शऊर बेटा ला करो अल्लाह जबान च असर। मेरा हुक्म है जिंदगी जिस घर नाल धोखा नहीं कर, हुसैन दे जिक्र च बेईमानी नहीं कर। अजा न मार अजा चिट्टा डी, मेरी भेन दरवाजे ते खड़। जितने जवानों सिर चो हौसला अली दी धीदा खेमे दे अंदरू खलो के पया दी हुसैन अकबर दे कातलां दियां मिन्नता न कर। जीवे को दे नी पुसवांज हुसैन तेरे जख्मी चेहरे दी कसम मर वैला मैं बार ना। संभल दे आओ भाई, संभल दे आओ। सात या आठ मिनट मैं आग सात छबी लाया सो छवी जरा मारी। शिमर घबरा गए, एक मिनट रोवो नहीं ते मेरी गल हौसले नाल सुनो।
ਅਲਾਮਾ ਨਸੀਮ ਅਬਾਸ ਕਿਬਲਾ ਦਾ ਜੁਮਲਾ ਸ਼ਿਮਰ ਦੇ ਪਾਸੇ ਵੇਖ ਕੇ ਹੁਸੈਨ ਫਰਮਾਉਂਦੇ ਨੇ ਤ੍ਰੇਹ ਲੱਗੀ ਆਈ ਅਤੇ ਦਰਿਆ ਪਿਆ ਵਾਂਦਾ ਹੈ ਵਾਂਝ ਰੱਜ ਕੇ ਪਾਣੀ ਪੀ ਵਾਤਾ ਮੈਨ ਮਾਰੇ ਮੇਰੇ ਛੁੜਾਵਣ ਵਾਲੇ ਟੁੱਟ ਸ਼ਿਮਰ ਆਦਾ ਹੈ ਮੈਨੂੰ ਤ੍ਰੇਹ ਨਹੀਂ ਲੱਗੀ ਮੈਂ ਪਰੇਸ਼ਾਨ ਹਾਂ ਬਾਗ ਵਾਲਿਆ ਪੂਰੀ ਜ਼ਿੰਦਗੀ ਜਿੱਥੇ ਬਾਸ ਰੋਸੋ ਹੁਸੈਨ ਆਦਨ ਕਿਉਂ ਪਰੇਸ਼ਾਨ ਹੈ ਆਦਾ ਜਿਸ ਲਾਲਚ 'ਚ ਮੈਂ ਤੁਹਾਨੂੰ ਮਾਰ ਰਿਹਾ ਮੇਰਾ ਲਾਲਚ ਪੂਰਾ ਨਹੀਂ ਪਿਆਉਂਦਾ ਹੁਸੈਨ ਆਦਨ ਕਿਵੇਂ ਆਦਾ ਮੈਂ 6 ਜ਼ਰਬਾ ਮਾਰੀਆਂ ਰਾਤ ਨਹੀਂ ਨਿਕਲੀ ਇਮਾਮ ਫਰਮਾਉਂਦੇ ਨੇ ਕੀ ਯਾਦ ਕਰੇ ਸੇ ਮੈਂ ਜ਼ਰਬਾ ਮਰੇ ਨਾ ਤੇਰੀ ਰੱਤ ਨਹੀਂ ਵਾਂਦੀ ਖੰਜਰ ਤਲੂ ਸਰ ਫੇਰ ਕੇ ਹੁਸੈਨ ਪਿਆ ਦਿਨ ਅੰਮਾ ਬਤੂ ਮੇਰੀ ਗਰਦਨ ਤੂੰ ਹੱਥ ਚਾ ਲੈ ਮੇਰਾ ਕਾਤਲ ਪਰੇਸ਼ਾਨ ਹੈ ਓ ਜਵਾਨਾ ਜਵਾਨਾਂ ਦੀ ਖਾਤਰ ਮੈਂ ਜੁਮਲਾ ਪੜਨ ਲੱਗਾ ਕੋਈ ਜਵਾਨ ਨਾ ਬੋਲੇ ਜਿਹੜੇ ਬਜ਼ੁਰਗ ਬੈਠੇ ਬਾਬਾ ਜੀ ਚਿੱਟੀਆਂ ਡੈਡੀਆਂ ਵਾਲੇ ਤੁਹਾਡੇ 'ਤੇ ਮੇਰਾ ਇੱਕ ਸਵਾਲ ਹੈ ਉਮਰ 100 ਸਾਲ ਹੋਵਣ ਤੇ ਰਿਸ਼ਤੇਦਾਰ ਕੋਲ ਹੋਵੇ ਅਤੇ 100 ਸਾਲ ਦੀ ਉਮਰ 'ਚ ਦੁੱਖ ਜ਼ਿਆਦਾ ਹੋਵੇ 100 ਸਾਲ ਦਾ ਬੰਦਾ ਵੀ ਕਰਵਟ ਲੈ ਸੀ ਇੱਕੋ ਲਫ਼ਜ਼ ਮੂੰਹ 'ਚੋਂ ਨਿਕਲ ਸਕ ਅੰਮਾ ਉਹ ਮੇਰੀ ਗਰੀਬ ਅੰਮਾ ਅੰਮਾ ਮੈਂ ਬੜਾ ਔਖਾ ਨਾਰਾਇਣ ਸ਼ਾਹ ਸੈਦ ਮੈਂ ਨਿਜਾਤ ਸ਼ਿਮਰਾਂ ਦੇ ਜਦੋਂ ਮੈਂ 12 ਜ਼ਰਬਾਂ ਮਾਰੀਆਂ ਨੂੰ ਗਰੀਬ ਉਫ ਨਹੀਂ ਕੀਤੀ ਸ਼ਿਮਰਾਂ ਦੇ 13ਵੀਂ ਜ਼ਰਬ ਮਾਰੀ ਗਰਦਨ ਤਲੂ ਸਰ ਫੇਰਿਆ ਮੈਂ ਸੁਣਿਆ ਤਾਂ 3 ਵਾਰੀ ਆਖਿਆ ਅੱਬਾਸ ਓ ਮੇਰਾ ਸ਼ੇਰ ਅੱਬਾਸ ਮੇਰਾ ਲੱਖਾਂ ਤੂੰ ਢੇਰ ਅੱਬਾਸ ਮੇਰਾ ਕੱਲਾ ਪਿਆ ਮਰੀ ਨਹੀਂ ਦਰਿਆ ਉਹਦੀ ਕੰਧੀ ਤੂੰ ਆਵਾਜ਼ ਆਇਆ ਤੇਰੀ ਚੁੱਪ ਖਾ ਗਈ ਕੋਈ ਜ਼ਵਾਰ ਬੈਠੇ ਹੋ ਸਜਦਾ ਸ਼ੁਕਰੇ ਸਰ ਰੱਖਿਆ ਸੀ ਨਮਾਜ਼ ਪੂਰੀ ਕਰਕੇ ਪਿਆ ਦਾ ਅੱਬਾਸ ਹੋ ਮੇਰਾ ਸ਼ੇਰ ਅੱਬਾਸ ਹੋ ਮੇਰਾ ਦਲੇਰ ਅੱਬਾਸ ਬਈ ਬੜੀ ਮਨਜ਼ੂਰ ਮਜਲਸ ਦਰਿਆ ਉਹਦੀ ਕੰਧੀ ਤੂੰ ਆਵਾਜ਼ ਆਇਆ ਤੇਰੀ ਚੁੱਪ ਖਾ ਗਏ ਬਾਗ ਵਾਲਿਓ ਮਾਵਾਂ ਦੀਆਂ ਝੋਲੀਆਂ 'ਚ ਮਸਾਇਬ ਛਣਨ ਲੱਗੇ ਹੋ ਜਿੱਥੇ ਲੱਥਾ ਹੈ ਉੱਥੇ ਕੁੱਠਾ ਨਹੀਂ ਜਿੱਥੇ ਕੁੱਠਾ ਹੈ ਉੱਥੇ ਦਫ਼ਨ ਉਲਮਾ ਤੂੰ ਪੁੱਛੇ ਵਜ੍ਹਾ ਤਾਂ ਦੱਸੋ ਉਲਮਾਵਾਂ ਦੱਸਾ ਹੈ ਸ਼ਬੀਰ ਦੀ ਸ਼ਹਾਦਤ ਦੇ ਬਾਅਦ ਆਸੀ ਅਮਰ ਜਮਿਆ ਹੱਬਾ ਬੀਬੀ ਬਤੂਲ ਆਈਆਂ ਸਾਰੀਆਂ ਮਿਲੀਆਂ ਜਨਾਬੇ ਬਤੂਲ ਨਹੀਂ ਮਿਲੀ ਮਰੀਅਮ ਪਈਆ ਦੀ ਕੁੱਠੀ ਓਏ ਪੁੱਤਰ ਨਾਲ ਕਿਉਂ ਨਾਰਾਜ਼ ਮੇਰੀ ਜ਼ੈਨਾ ਦੀ ਨਾਰਾਜ਼ ਕੋਈ ਨਾ ਉਧਾਰ ਮੰਗਣ ਸ਼ਬੀਰ ਦੀ ਮੈਂ ਅਕਸਰ ਤੇ ਛਬੀ ਲਾਇਆ ਸੋ ਲਾਇਆ ਉਹ ਕੁਰਾਨ ਮੇਰੇ ਸਰ ਤੇ ਰੱਖੋ ਮੇਰੀ ਜ਼ੈਨਾ ਆਖੇ ਮੈਂ ਉਧਾਰ ਮੰਗਣ ਆਈ ਹਾਂ ਮੈਂ ਆਖਸਾਂ ਛਬੀ ਲੈ ਸੋ ਮੈਨੂੰ ਵੈਨ ਪੜਾਉਂ ਦਿਓ ਬਾਈ ਜਿਤਨੇ ਜਵਾਨ ਹੋ ਮਨ ਕਸਮ ਹੈ ਮਜ਼ਲੂਮ ਦੇ ਔਖੇ ਸਾਥ ਮਜ਼ਲੂਮ ਦੀ ਲਾਸ਼ ਨੇ ਕਰਵਟ ਬਦਲੀ ਮਾਂ ਦੇ ਪੈਰ ਚੁੰਮ ਕੇ ਆਦੇ ਅੰਮਾ ਮਨ ਤੇਰੀ ਜ਼ਾਤ ਤੇ ਕਰਮਾਨ ਬੀਬੀਆਂ ਦੀ ਕਿਹੜਾ ਅਰਮਾਨ ਹੈ ਮਾਂ ਦੇ ਪੈਰ ਚੁੰਮ ਕੇ ਆਦਾ ਹੈ ਤੂੰ ਮਾਲਕ ਕੁੱਲ
ਚੌਂ ਸਾਲਾਂ ਦੀ ਬੱਚੀ ਹੈ ਜਾਂਦੇ ਕੰਨਾਂ ਚੂ ਰਾਤ ਪਈ ਬਾਂਦੀ ਬੀਬੀ ਬਤੂਲਾ ਦੀ ਤੂੰ ਕਿਉਂ ਰੋਣੀ ਹੈ ਨਿੱਕੇ ਨਿੱਕੇ ਹੱਥ ਬਣ ਕੇ ਆਦੀ ਆਲੀ Yeah.